ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਸਾਰਿਆਂ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਈਸਾਪੁਰ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਕਾਫੀ ਦਿਨਾਂ ਬਾਅਦ ਆਪਾਂ ਭਗਵੰਤ ਸਿੰਘ ਨਾਲ ਕਲਵਾਏ ਹਾਂ ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ ਦੋ ਤਾਜ਼ੀਆਂ ਸੂਈਆਂ ਵਾ ਅਤੇ ਇੱਕ ਤੁਹਾਨੂੰ ਜਰਸੀ ਦਿਖਾਵਾਂਗੇ ਗੱਬਨ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾ ਵੇਖਣ ਵਾਲਿਆਂ ਨੂੰ। ਹੋਰ ਸੁਣਾਓ, ਠੀਕ ਠਾਕ ਜੀ? ਕਿਰਪਾ ਗੁਰਾਮ ਦਾ। ਚਲੋ ਵਧੀਆ, ਕਿਰਪਾ ਚਾਹੀਦੀ, ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਜੀ। ਇਸੇ ਤਰ੍ਹਾਂ ਹੀ ਡੰਗਰ ਇੱਕ ਦੋ ਆਉਂਦਾ ਵਿਕ ਜਾਂਦਾ, ਤੁਸੀਂ ਵੀ 5-7 ਦਿਨ ਐਤਕਾਂ ਵੀ ਲੰਘਾਤੇ ਆ। ਠੀਕ ਆ, ਠੀਕ। ਚਲੋ ਨਾਮ ਦੱਸ ਦੇ ਇੱਕ ਵਾਰੀ। ਭਗਵੰਤ ਸਿੰਘ ਜੀ। ਤੇ ਫੋਨ ਨੰਬਰ ਬੋਲ ਦਿਓ। 99144-4-21। ਠੀਕ ਆ, ਤੇ ਪਿੰਡ ਈਸਾਪੁਰ, ਹਾਂਜੀ, ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ, ਹੈ ਨਾ? ਠੀਕ ਆ, ਤੇ ਸ਼ੁਰੂਆਤ ਫਿਰ ਆ ਸੂਈ ਤੋਂ ਹੀ ਕਰ ਲਈਏ। ਕਿੰਨਾ ਚਿਰ ਹੋ ਗਿਆ ਜਿੰਨੇ ਸੂਈ ਨੂੰ? 3 ਦਿਨ ਹੋਏ ਆ ਸੂਈ ਨੂੰ, ਬੱਛੀ ਮਗਰ ਆ। ਠੀਕ ਆ, ਤੋਰ ਦਿਓ ਇੱਕ ਵਾਰੀ ਫਿਰ ਇਹਦੇ ਮਗਰ ਜਿਹੜੀ ਵੱਛੀ ਆ, ਤੇ ਚੰਗੀ ਤਿਆਰ ਹੋਈ ਆ ਥੱਲੇ ਆਏ ਵੀ। ਲੈ ਜਾਓ ਜੀ, ਉਸ ਤਰ੍ਹਾਂ ਵੀ ਜਿਹੜਾ ਕੱਦ ਕਾਠ ਵੀ ਠੀਕ ਆ, ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ 'ਚ ਚੰਗੀਆਂ। ਆਹ ਦੇਖ ਸਕਦੇ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਅਤੇ ਮਿਲਕ ਮੈਨ ਵੀ ਚੰਗੀ ਲੱਗੀ ਹੈ। ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ? ਜੀ ਦੁੱਧ 20 ਕਿਲੋ ਇਸ ਟਾਈਮ ਹੈਗਾ, ਵਧੂ 2-3 ਕਿਲੋ ਆਰਾਮ ਨਾਲ ਜੀ, ਕੋਈ ਭੈਣ ਭਰਾ ਸੇਵਾ ਚੰਗੀ ਕਰੂ ਤੇ। ਠੀਕ ਆ, ਹਾਂਜੀ, 20 ਕਿਲੋ ਮੌਕੇ ਤੇ ਚਵਾ ਦੋਗੇ ਘਰੋਂ? ਹਾਂ ਹਾਂ, ਚਵਾ ਦੇ। ਠੀਕ ਆ, ਤੇ 22-23 ਦੇ ਲਾਗੇ ਜਿਹੜਾ ਚਵਾਈ ਜਾਊਗੀ। ਹਾਂਜੀ ਹਾਂਜੀ। ਤੇ ਵੱਛੀ ਕਿਹੜੀ ਜੀ ਇਹਦੀ? ਵੱਛੀ ਆ ਦੇਖੋ, ਇੱਧਰ ਲਈ ਕੇ ਉੱਧਰ ਲਈ ਜੀ? ਨਹੀਂ ਆ ਨਿੱਕੀ, ਆਹ ਵਾਲੀ ਵੱਛੀ ਜੀ ਇਹਦੀ। ਤੇ ਉਹ ਵੱਛਾ ਕਿ ਵੱਛੀ ਜੀ? ਉਹ ਵੱਛਾ। ਠੀਕ ਆ, ਉਹ ਦੂਸਰੀ ਸੂਈ ਖਾਣ ਦਾ ਵੱਛਾ ਵਾ, ਉਹਦਾ ਵੀ ਨਾੜੂ ਜਿਹੜਾ ਨਾਲ ਹੀ ਆ, ਤਾਜ਼ੀ ਹੈ ਇਹ ਵੀ। ਠੀਕ ਹੈ ਜੀ, ਅਤੇ ਮੁੱਲ ਵੀਰ ਜੀ ਫਿਰ ਇਹਦਾ ਕੀ ਰੱਖੀ ਆਪਾਂ? ਮੁੱਲ ਵੇਖ ਲਓ ਬਾਜ਼ਾਰ ਦੇ ਹਿਸਾਬ ਨਾਲ, 65,000 ਰੁਪਏ। 65,000 ਆ, ਵਿੱਚੋਂ ਕਰ ਦੋਗੇ ਮਨ ਤਾਂ? ਕਰਦੇ ਹਾਂ, ਕੋਈ ਨਹੀਂ, ਭੈਣ ਭਰਾ ਫੋਨ ਲਾਵੇ। ਖੁੱਲ੍ਹਾ ਕਰ ਦੋਗੇ ਮੌਕੇ 'ਤੇ? ਚਲੋ ਕੋਈ ਫੋਨ ਲਾਵੇ ਇੱਕ ਵਾਰੀ, ਹੈ ਨਾ? ਅਤੇ ਦੁੱਧ 20 ਲੀਟਰ ਘਰੋਂ ਮੌਕੇ 'ਤੇ ਚਵਾ ਦੋ, ਚਵਾ ਦਿਆਂਗੇ। ਠੀਕ ਹੈ ਜੀ, ਬਾਕੀ ਇੱਕ ਵਾਰੀ ਫਿਰ ਤੋਂ ਦੇਖ ਸਕਦੇ ਜੀ। ਅਤੇ ਹੁਣ ਗੱਬਣ ਆ ਜਰਸੀ ਇੱਕ ਆਪਣੇ ਕੋਲ, ਚੰਗੇ ਕੱਦ ਕਾਠ ਵਾਲੀ ਆ, ਬਾਕੀ ਇਹਨਾਂ ਗਾਵਾਂ ਜਿੱਡੀ ਆ ਇਹ ਵੀ। ਅਤੇ ਇਹ ਵਿੱਚ ਕਿੰਨੇ ਕੁ ਦੁੱਧ ਵਾਲੀ ਜੇ? ਇਹ ਵੀ ਦੁੱਧ ਜਿੱਥੋਂ ਲਈ ਆ ਉਹ ਵੀਰਾਂ ਦੇ ਪਹਿਲੇ ਸੂਏ 18-19 ਕਿਲੋ ਆਪਾਂ ਚੋਇਆ ਵਾ। ਠੀਕ ਆ, ਹਾਂਜੀ, ਅਤੇ ਅੱਗੋਂ ਵੇਖੋ। ਠੀਕ ਆ, ਡਿਪੈਂਡ ਆ। ਠੀਕ ਆ, ਮਤਲਬ ਵੀ 18-20 ਦੇ ਵਿੱਚ ਜਿਹੜਾ 20 ਕਿਲੋ ਚਵਾਏਗੀ ਵੀ। ਚਲੋ ਫਿਰ ਤੋਰ ਜੀ ਇਹਨਾਂ ਨੂੰ। ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ, ਅਤੇ ਚੰਗੀ ਤਿਆਰ ਹੁੰਦੀ ਥੱਲੇ ਵੀ। ਇੱਕ ਵਾਰੀ ਥੋੜ੍ਹੀ ਸਿੱਧੀ ਤੋਰ ਦਿਓ ਲੰਮੀ ਤੌਰ 'ਤੇ, ਅਜੇ ਹਵਾਨੇ 'ਚ ਢਿੱਲਾਂ ਢੁੱਲਾਂ ਚੰਗੀਆਂ। ਹਫ਼ਤੇ ਕੁ ਦੇ ਕਰੀਬ ਜਿਹੜਾ ਟਾਈਮ ਹੈ ਖੜੂਗੀ। ਕੋਈ ਦਿਨ ਵੱਧ ਵੀ ਕੱਟ ਸਕਦੀ ਅਤੇ ਘੱਟ ਵੀ ਕੱਟ ਸਕਦੀ ਹੈ। ਅਤੇ ਥਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੀ, ਅਤੇ ਮਿਲਕ ਮੇਨ ਵੀ ਚੰਗੀ ਲੱਗੀ ਆ। ਅਤੇ ਇਹਦਾ ਮੁੱਲ ਵਿਧੀ ਫਿਰ? ਇਹਦਾ 62,000 ਰੁਪਈਆ। ਅੱਛਾ, ਇਹਦਾ 62,000 ਆ, ਬਾਕੀ ਮਨ ਤਨ ਮੌਕੇ 'ਤੇ ਹੋ ਜਾਊਗਾ। ਠੀਕ ਆ, ਅਤੇ ਹੁਣ ਇੱਕ ਹੋਰ ਜਿਹੜੀ ਸੂਈ ਸਵਾਈ ਆ ਆਪਣੇ ਕੋਲ 3 ਨੰਬਰ 'ਤੇ, ਉਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ? ਉਹ ਵੀ ਆ ਵੇਖੋ, ਨਾਲ ਹੀ ਨਾੜੂ 'ਤੇ 3-4 ਦਿਨ ਉਹਨੂੰ ਵੀ। ਠੀਕ ਆ, ਅਤੇ ਇਹਦੇ ਕੋਲ ਦੁੱਧ ਕਿੰਨਾ ਜੀ? 22 ਕਿਲੋ ਦੁੱਧ ਦੇ ਸਕਦੇ। ਤਿਆਰ ਬਿਲਕੁਲ, ਜਿਹੜਾ ਘਰੋਂ 2 ਟਾਈਮ ਚਵਾ ਦੋਗੇ? ਠੀਕ ਆ, ਅਤੇ ਇਹ ਕਿੰਨਾ ਚਵਾਈ ਜਾਊਗੀ?
ਵੇਖੋ ਅਜੇ ਤੇ ਚੌਥਾ ਪੰਜਵਾਂ ਦੇਣੇ ਆ ਵਧਣਾ ਚਾਹੀਦਾ ਬਹੁਤਾ ਨਹੀਂ ਕਿ ਦੋ ਤਿੰਨ ਕਿਲੋ ਤਾਂ ਵਧਣਾ ਹੀ ਚਾਹੀਦਾ ਵਾ। ਅੱਛਾ ਮਤਲਬ 25-26 ਦੇ ਲੱਗ ਕਰ ਸਕਦੀ ਹੈ। ਗਾਂ ਵੱਡੀ ਹੈ। ਚਲੋ ਤੋਰੀ ਆ ਫਿਰ ਇਹਨਾਂ ਨੂੰ। ਬਾਕੀ ਇਹ ਵੀ ਚੰਗੇ ਕੱਦ ਕਾਠ ਵਾਲੀ ਆ ਤੇ ਥੱਲਿਆਂ ਵੀ ਚੰਗੀ ਤਿਆਰ ਹੋਈ ਆ। ਦੁੱਧ 22 ਲੀਟਰ ਇਹਦੇ ਕੋਲ ਮੌਕੇ ਤੇ ਜਿਹੜਾ ਤਿਆਰ ਦੱਸਦੇ ਆ। ਪਾਣੀ ਪੀਣਾ ਜਿਹੜਾ ਇਹਨੇ। ਹਾਂ ਦੇਖ ਸਕਦੇ ਜੀ। ਬਾਕੀ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ। ਉਹ ਵੱਛਾ ਜਿਹੜਾ ਇਹਦਾ ਇੱਕ ਵਾਰੀ ਤੋਰ ਦੇ, ਇੱਧਰ ਨੂੰ ਥੋੜ੍ਹੀ ਕੁ ਹਵਾਨਾ ਚੰਗੀ ਤਰ੍ਹਾਂ ਦਿਖਾ ਦਈਏ। ਉਸ ਤਰ੍ਹਾਂ ਕੱਦ ਕਾਠ ਦੀ ਬੇਲ ਦੀ ਇਹ ਵੀ ਚੰਗੀ ਆ ਅਤੇ ਦੁੱਧ ਇਹਦੇ ਕੋਲ ਮੌਕੇ 'ਤੇ 22 ਲੀਟਰ ਜਿਹੜਾ ਤਿਆਰ ਦੱਸਦੇ ਆ। ਬਾਕੀ ਜਿਹੜੀਆਂ ਸੂਈਆਂ ਸਵਾਈਆਂ ਵਾ ਦੁੱਧ ਦੇ ਤੁਸੀਂ ਆਪ ਚਵਾਈ ਕਰਕੇ ਖੜਨੀ ਆ। ਲੈ ਜਾਓ ਵੀਰ ਜੀ, ਬੰਨ ਦਿਓ ਜੀ। ਬਾਕੀ ਮੈਂ ਝੂਠ ਨਹੀਂ ਬੋਲ ਕੇ ਕਦੀ ਵੇਚਿਆ, ਤੁਹਾਨੂੰ ਪਤਾ ਹੀ ਆ ਜਿੰਨਾ ਚਿਰ ਡੰਗਰ ਵੇਚਿਆ। ਹਾਂਜੀ ਹਾਂਜੀ, ਜੋ ਕੁਝ ਹੈਗਾ ਉਹ ਹੀ ਆ। ਠੀਕ ਆ, ਇਹ ਨਹੀਂ ਗਾ ਵੀ ਕਹਿਤਾ ਤੇ ਹੈ ਨਹੀਂ ਗਾ। ਬਾਕੀ ਇਹ ਆ ਕਿ ਸਾਹ ਵਾਲੀਆਂ ਚੀਜ਼ਾਂ ਵਾ, ਹਰ ਕਿਸੇ ਨੂੰ ਆਪਣੀ ਇੱਥੇ ਤਸੱਲੀ ਕਰਕੇ ਖੜਨੀ ਚਾਹੀਦੀ, ਤਸੱਲੀ ਕਰਕੇ ਖੜਨੀ ਚਾਹੀਦੀ। ਠੀਕ ਹੈ, ਬੰਦ ਹੋ ਜੀ ਇਹਨਾਂ ਫਿਰ। ਤੇ ਇਹ ਕਿੰਨੇ ਦੀ ਦੇ ਦਈਏ ਵੀਰ ਜੀ ਫਿਰ ਆਪਾਂ? ਇਹਦਾ ਕੀ ਰੱਖਣਾ ਮੁੱਲ? 65,000। ਅੱਛਾ, ਇਹਦਾ 65 ਆ, ਅੱਜ 65 ਤੇ ਲੱਗੇ ਬੰਨੀ ਹੈਗੇ ਨਾ। ਹੈ ਬਾਜ਼ਾਰ ਹੀ ਤੁਹਾਨੂੰ ਪਤਾ ਜਿੱਥੇ ਜੇ ਚੱਲਣ ਡਿਆ ਹਰ ਉੱਥੇ ਕੋਈ ਯਾਰ ਖੰਡ ਦਾ ਮਾਰ ਜਾਣੇ। ਠੀਕ ਆ, ਬਾਕੀ ਚਲੋ ਮਨ ਤਨ ਮੌਕੇ ਤੇ ਹੋ ਜਾਊਗਾ ਹਨਾ। ਬਾਕੀ ਇਹ ਵੀ ਕੋਈ ਲਾਹਮਾ ਨਹੀਂ ਦਊ ਤੁਹਾਨੂੰ ਦੁੱਧ ਜਿੰਨਾ ਜਿੰਨਾ ਕਿ ਆਉਣਾ ਉਨਾ ਹੀ। ਠੀਕ ਹੈ ਜੀ, ਤੇ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।